ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਦਾ ਵਲੌਗ ਵੀ ਸਾਡਾ ਜਿਹੜਾ ਆ ਉਹ ਹੈਗਾ ਆ ਸ਼ਾਪਿੰਗ ਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਵੀ ਸ਼ਾਪਿੰਗ ਕੀਤੀ ਸੀਗੀ ਆਪਾਂ ਮੀਸ਼ੋ ਐਪ ਤੋਂ ਤੇ ਬਹੁਤ ਵਧੀਆ ਸਮਾਨ ਲੱਗਾ ਤੇ ਆਇਆ ਵੀ ਬੜਾ ਵਧੀਆ ਤੇ ਸਾਨੂੰ ਪਸੰਦ ਵੀ ਬਹੁਤ ਆਇਆ ਤੇ ਤੁਸੀਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਆ ਤੇ ਤੁਹਾਡੇ ਕਮੈਂਟਾਂ ਦੇ ਵਿੱਚ ਮੈਨੂੰ ਪਤਾ ਲੱਗਾ ਕਿ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸਮਾਨ ਤੇ ਭਾਬੀ ਜੀ ਨੂੰ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਵਲੌਗ 'ਚ ਭਾਬੀ ਜੀ ਨੇ ਕਿਹਾ ਸੀ ਕਿ ਮੈਨੂੰ ਪਸੰਦ ਆ ਸਾਰਾ ਸਮਾਨ ਤੇ ਮੈਂ ਹੋਰ ਵੀ ਸਮਾਨ ਜਿਹੜਾ ਆ ਮੰਗਵਾ ਸਕਦੀ ਹਾਂ ਤੇ ਭਾਬੀ ਜੀ ਕੋ ਨਹੀਂ ਰਿਹਾ ਗਿਆ ਭਾਬੀ ਜੀ ਨੇ ਹੋਰ ਸਮਾਨ ਜਿਹੜਾ ਆ ਉਹ ਮੰਗਵਾ ਹੀ ਲਿਆ ਤੇ ਹੁਣ ਜਿਹੜਾ ਤੇ ਹੁਣ ਜਦੋਂ ਸਮਾਨ ਵੇਖਿਆ ਜਦੋਂ ਆਪਾਂ ਖੋਲਦੇ ਮਿਸ਼ਰ ਆਪ ਤੇ ਵੱਖਰਾ ਵੱਖਰਾ ਸਮਾਨ ਹੁੰਦਾ ਤੇ ਉੱਥੇ ਖਰੀਦਣ ਦਾ ਮਜ਼ਾ ਹੀ ਬੜਾ ਆਉਂਦਾ ਕਿਉਂਕਿ ਹਰੇਕ ਚੀਜ਼ ਵਧੀਆ ਵਧੀਆ ਹੁੰਦੀ ਹੈ ਤੇ ਝੱਟ ਸਲੈਕਟ ਕਰ ਲਈਦੀ ਕਿ ਆਹ ਚੀਜ਼ ਮੰਗਾ ਲਈਏ ਹੁਣ ਜਿਹੜਾ ਅਸੀਂ ਸਮਾਨ ਮੰਗਾਇਆ ਉਹ ਮੰਗਾਇਆ ਸੀ ਆਪਣੇ ਘਰ ਲਈ ਆਪਾਂ ਮੰਗਵਾਇਆ ਇਸ ਕਰਕੇ ਆ ਕਿ ਅਸੀਂ ਦੇਖੀਏ ਟਰਾਈ ਕਰਕੇ ਕਿ ਕਿੱਦਾਂ ਦਾ ਆਉਂਦਾ ਆ ਕਿ ਵਧੀਆ ਲੱਗਦਾ ਹਨਾ ਹਾਂਜੀ ਫਿਰ ਅਸੀਂ ਦੱਸਦੇ ਆ ਤੁਹਾਨੂੰ ਸਾਰਿਆਂ ਨੂੰ ਕਿ ਬਹੁਤ ਵਧੀਆ ਸਮਾਨ ਹੈ ਇਸ ਲਈ ਤੁਸੀਂ ਖਰੀਦੋ ਕਿਉਂਕਿ ਇਹਦੇ ਵਿੱਚ ਇੱਕ ਆਪਣਾ ਟਾਈਮ ਬਚ ਜਾਂਦਾ ਆ ਜਦੋਂ ਆਪਾਂ ਸਪੈਸ਼ਲ ਜਾਂਦੇ ਆ ਬਾਜ਼ਾਰ ਦੇ ਵਿੱਚ ਤੇ ਕਿੰਨਾ ਉੱਥੇ ਸਾਡਾ ਟਾਈਮ ਸਾਰਾ ਦਿਨ ਲੰਘ ਜਾਂਦਾ ਹਨਾ ਫਿਰ ਘਰੋਂ ਵੀ ਜਾਣਾ ਪੈਂਦਾ ਸਪੈਸ਼ਲ ਤਿਆਰ ਬਿਆਰ ਕੇ ਆਪਾਂ ਘਰੇ ਬੈਠੇ ਭਾਵੇਂ ਰਜਾਈ 'ਚ ਬਹਿ ਕੇ ਤੇ ਭਾਵੇਂ ਜਿੱਥੇ ਮਰਜ਼ੀ ਬਹਿ ਕੇ ਜਿੱਥੇ ਮਰਜ਼ੀ ਇਹਨੂੰ ਆਨਲਾਈਨ ਆਪਾਂ ਸ਼ਾਪਿੰਗ ਕਰ ਸਕਦੇ ਹਾਂ ਆਪਣੇ ਮਨਪਸੰਦ ਦੀ ਹਨਾ ਸਿਲੈਕਟ ਕਰਨ ਦੇ ਵਿੱਚ ਵੀ ਵਧੀਆ ਲੱਗਦਾ ਆ ਸਮਾਨ ਤੇ ਹੁਣ ਭਾਬੀ ਜੀ ਨੇ ਮੰਗਵਾਈਆਂ ਆ ਬੈੱਡ ਸੀਟਾਂ ਤੇ ਗੱਦਿਆਂ ਦੇ ਕਵਰ ਤੇ ਟਾਵਲ ਤੇ ਹੋਰ ਵੀ ਬੜਾ ਸਮਾਨ ਆ ਮੰਗਾਇਆ ਅਸੀਂ ਸਾਰਾ ਤੁਹਾਨੂੰ ਦਿਖਾਉਨੇ ਆ ਆਜੋ ਨਾਲੇ ਕਰਦੇ ਆ ਅਨਬਾਕਸਿੰਗ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਤੇ ਚੱਲੀਏ ਫਿਰ ਦਿਖਾਈਏ ਚਲੋ ਆਜੋ ਫਿਰ ਓ ਵਾਓ ਸਭ ਤੋਂ ਪਹਿਲਾਂ ਕੀ ਖੋਲੀਏ ਇਹ ਸਾਰਾ ਸਮਾਨ ਜਿਹੜਾ ਆ ਆਇਆ ਤੇ ਮੈਂ ਤਾਂ ਕਿੰਨਾ ਹੈ ਕਿ ਤੁਸੀਂ ਸਾਰੇ ਸਮਾਨ ਦੀ ਅਨਬਾਕਸਿੰਗ ਕਰ ਲਓ ਤੇ ਫਿਰ ਕੱਲਾ ਕੱਲਾ ਜਿਹੜਾ ਆ ਉਹ ਦਿਖਾ ਦਿਓ ਅੱਛਾ ਸਾਰਾ ਖੋਲ ਕੇ ਰੱਖ ਲੈਂਦੇ ਆ ਹਾਂਜੀ ਚਲੋ ਠੀਕ ਚਲੋ ਭਾਬੀ ਖੋਲ ਚੋਰੀ ਚੋਰੀ ਪਹਿਲਾਂ ਖੋਲ ਕੇ ਵੇਖਿਓ ਆ ਕਰ ਆ ਕਰ ਆ ਦੇਖੋ ਇਹ ਤਾਂ ਮੈਨੂੰ ਉੱਤੇ ਲੈਣ ਵਾਸਤੇ ਬਲੈਂਕਟ ਲੱਗਣ ਡਿਆ गर्मियां ਦੇ ਵਿੱਚ ਏਸੀ ਦੇ ਨਾ ਇਹ ਮੈਂ ਪਹਿਲੇ ਮਲ ਮਾਰ ਲੈਣੀ ਵਾਓ ਕਿੰਨੀ ਵੱਡੀ ਹੈ ਨਾ ਇਹ ਮੈਨੂੰ ਜ਼ਿਆਦਾ ਕਿੰਗ ਸਾਈਜ਼ ਆ ਹਨਾ ਇਹ ਕਿੰਗ ਸਾਈਜ਼ ਆ ਤੇ ਓਏ ਉੱਪਰ ਲੈਣ ਵਾਸਤੇ ਆ ਹਨਾ ਆ ਦੇਖੋ ਕਿੰਨੀ ਸੌਫਟ ਆ ਥੱਲੇ ਵੀ ਵਸਾ ਸਕਦੇ ਇਹਨੂੰ ਕਿ ਨਹੀਂ ਨਹੀਂ ਇਹ ਉੱਪਰ ਲੈਣ ਵਾਸਤੇ ਆ ਦੇਖੋ ਕਿੰਨੀ ਸੌਫਟ ਆ ਹਾਂ ਮਤਲਬ ਤੁਹਾਨੂੰ ਤਾਂ ਪਤਾ ਹੀ ਆ ਉਦੋਂ ਥੋੜੀ ਥੋੜੀ ਠੰਡ ਜੀ ਲੱਗਦੀ ਹੁੰਦੀ ਏਸੀ ਦੇ ਵਿੱਚ ਹਾਂਜੀ ਹਾਂਜੀ ਉਦੋਂ ਰਜਾਈਆਂ ਤੇ ਕੰਬਲ ਲੈ ਨਹੀਂ ਲੱਗਦੇ ਭਾਬੀ ਜੀ ਨੂੰ ਪਤਾ ਨਾ ਕਿ ਹੁਣ ਏਸੀ ਦਾ ਮੌਸਮ ਆਉਣ ਹੀ ਵਾਲਾ ਵਾ ਪਹਿਲਾਂ ਟਾਈਮ ਨਾਲ ਹੀ ਆਰਡਰ ਕਰ ਲਿਆ ਕਹਿੰਦੇ ਹੋਣੇ ਕਿ ਤੁਸੀਂ ਮੈਂ ਮੈਨੂੰ ਵੈਸੇ ਕਲਰ ਬਹੁਤ ਵਧੀਆ ਲੱਗਾ ਤੇ ਮੈਂ ਕਿਹਾ ਚਲੋ ਸੋਹਣੀ ਲੱਗਣ ਦੀ ਆ ਹਨਾ ਹੂੰ ਤੇ ਦੂਜਾ ਕੀ ਆਇਆ जामनी कलर चलो शॉपिंग मिस ऐप तो है ना सारी तीनो टावल जेडे एक ही पैक दे विच आए हना ਤੇ ਯੂਜ਼ ਕੀਤਾ ਹੋਇਆ ਟਾਵਲ ਕਿਸੇ ਨੂੰ ਦੇਣ ਨੂੰ ਦਿਲ ਨਹੀਂ ਕਰਦਾ ਕਿ ਵੀ ਅਲੱਗ ਅਲੱਗ ਹੈਗੇ ਆ ਸਾਰਿਆਂ ਦੇ ਤੇ ਮੈਂ ਫਿਰ ਸੋਚਿਆ ਕਿ ਆਪਾਂ ਇਹ ਮੰਗਵਾ ਲਈਏ ਜਦੋਂ ਵੀ ਭੈਣ ਭਰਾ ਆਵੇ ਤੇ ਉਹਨੂੰ ਆਪਾਂ ਨਿਊ ਟਾਵਲ ਕੱਢ ਕੇ ਦੇ ਸਕੀਏ ਕਿਉਂਕਿ ਸਾਰੇ ਲੱਗ ਚੁੱਕੇ ਆ ਹਨਾ ਬਾਕੀ ਵੀ ਖੋਲ ਕੇ ਖਾ ਲਓ ਮਤਲਬ ਇਹ ਆ ਕਿ ਵਧੀਆ ਰੇਟ ਤੇ ਮਿਲੇ ਆ ਮਤਲਬ ਜ਼ਿਆਦਾ ਮਹਿੰਗੇ ਨਹੀਂ ਹੈਗੇ ਹਾਂਜੀ ਮੈਂ ਤਾਂ ਹਨਾ ਇਹ ਸਿਲੈਕਟ ਕੀਤੇ ਹੀ ਤੀਜਾ ਵੀ ਖਾ ਲਓ ਕਲਰ ਆ ਜਾਂ ਤਿੰਨ ਟਾਵਲ ਵਧੀਆ ਆ ਖੁੱਲੇ ਆ ਹਾਂ ਵੇਖੋ ਟਾਵਲ ਵੀ ਤੇ ਖੋਲ ਕੇ ਦਿਖਾਈਏ ਨਾ ਕਿੰਨੇ ਕਿੰਨੇ ਆ ਕਾਫੀ ਵੱਡੇ ਟਾਵਲ ਆ ਹਾਂ ਡਿਜ਼ਾਈਨਰ ਆ ਹਾਂਜੀ ਸੋਹਣੇ ਆ
अति सुंदर बेडशीट वांगू ही है लास्टिक बहुत वधिया फिटिंग पाके ट्राई करके दिखाने चलो ट्राई करके विखाने फिर ठीक है बसा लो कोई होर की रह गया लिया फिर मैं खोल के विखाना हूं की है तू ही खोल ला कुछ ਇਹ ਆ ਜੀ ਮੇਰਾ ਪਰਸ ਜਿਹੜਾ ਕਿ ਮੈਂ ਮੰਗਵਾਇਆ ਆਪਣੇ ਵਾਸਤੇ ਸੋਹਣਾ ਬੜਾ ਹੈ ਕਲਰ ਨਾ ਪਿਆਰਾ ਸੋਹਣਾ ਬੜਾ ਹਨਾ ਤੇ ਮੇਰੇ ਸਾਰੇ ਗੱਦਿਆਂ ਦੇ ਕਵਰਾਂ ਨਾਲ ਮਿਲ ਗਿਆ ਚਲੋ ਫਿਰ ਕਰੀਏ ਸਾਰਾ ਸਮਾਨ ਕਿਵੇਂ ਦਾ ਲੱਗਾ ਵਧੀਆ ਚਲੋ ਆਪਾਂ ਹੁਣ ਦਿਖਾਉਂਦੇ ਇਹਨਾਂ ਨੂੰ ਪ੍ਰੈਕਟੀਕਲ ਚਲੋ ਜੀ